हाँ जी दोस्तों, सत श्री अकाल। मैं साहिब सिंह विरक, मेरे नाल ने अगां वधू किसान दविंदर सिंह, ते नाल ने उन्होंने पिता जी सरदार हरभजन सिंह सरपंच साहब ने, नाल माता जी उन्हीं बैठे ने। इस किसान ने एक बहुत ही कमाल की है, एक वड्डा रिकॉर्ड कायम किया है कणक दे वधेरे झाड़ दा। इन्हां दे खेत दे विचों कणक दा झाड़ 33 क्विंटल 70 किलो दे लगभग आया है, जिसनों बकायदा के खेतीबाड़ी यूनीवर्सिटियां दे नाल नाल करनाल यूनीवर्सिटी जां फिर दिल्ली तो ICAR की टीम भी बकायदा इत्थे आण के चैक करके गई है। तो इस उपलब्धि के कारण ही इस किसान वीर नूं पंजाब दे नाल नाल हरियाणा होवे जां पूरे भारत की गल की जाए तो इन्हां दा दूर दूर तक नाम चलिया गया। बहुत वड्डी गिणती किसान सन जिहड़े चाहुंदे सन कि इन्हां ने उह खेती किवें इह उपलब्धि हासिल की है, की कुछ उन्होंने खेत दे विच पाया, पहलां किहड़ी फसल सी, नदीन किन्ने कु उगे जां नहीं उगे, इन्होंने स्परेहां किन्नियां करी ने, बीज की मात्रा किन्नी सी, पानी किहड़े ढंग नाल लाया कि इन्ना वड्डा मारका इन्होंने मारिया है, इन्नी वड्डी मिसाल कायम की है। दविंदर सिंह जी स्वागत है जी। हाँ जी, सत श्री अकाल जी सारिआं नूं जी। दविंदर सिंह, पिंड चनारसल खुरद, जिला श्री फतेहगढ़ साहब जी। दविंदर सिंह जिहड़ी इह तुसीं कणक की बिजाई की है, किहड़े महीने च कीती सी, बीज किन्ना पाया? यह जी अपने नवंबर 8 नूं इहदी बिजाई कीती सीगी, ते बीज ये 32 किलो बीज पिया सीगा जी मेरा ये खेत च। सारे किन्ने थां च यह मेरा खेत सीगा? 8 कनाला 17 कमरले जगह बनती सीगी जी जी, लमसम 9 कनालां दे करीब जी। एक कणक दी केड़ी वरायटी सी? ये DW 327 वरायटी सीगी जी, ते ये बीज करनाल यूनिवर्सिटी वालिआं दा, हरियाणे वालिआं दा बीज है DW वालिआं दा। ठीक है, बिजाई वेले तुसीं खाद केड़ी केड़ी पाई सी, किस ढंग नाल पाई? बिजाई तुसीं सुपर सीडर नाल करी सी जां छट्टा मार के बीजी सी, जां पुराने रवाज जिहड़ा तरीका है ड्रिल नाल आम इस तरह बिजाई करी, किहड़ा ढंग वरत्या है? ਆਪਾਂ ਜੀ ਖੇਤ ਤਿਆਰ ਕਰਕੇ ਡਰਿੱਲ ਜਿਹੜੀ ਪੁਰਾਣੇ ਤਰੀਕੇ ਨਾਲ ਬਿਜਾਈ ਕੀਤੀ ਸੀਗੀ, ਜਿਵੇਂ ਪੋਰੀ ਹੈ ਜੀ, ਜਿਵੇਂ ਸਾਡੇ ਕਹਿੰਦੇ ਵੀ ਪੋਰ ਬਾਦਸ਼ਾਹ ਕੇਰ ਵਜ਼ੀਰ ਅਤੇ ਛਿੱਟਾ ਫਕੀਰ, ਅਤੇ ਅਸੀਂ ਪੋਰੀ ਹੈ ਜੀ ਇਹ 1.5 ਗੱਟਾ ਇਹਦੇ ਵਿੱਚ ਆਪਾਂ ਨੇ ਨਾਲ DAP ਪਾਇਆ ਸੀਗਾ, ਅਤੇ ਨਾਲ 20 ਕਿਲੋ ਪੋਟਾਸ਼ 60% ਜਿਹੜੀ ਲਾਲ ਜੀ ਹੁੰਦੀ ਹੈ ਮਿਰਚਾਂ ਜੀ ਵਾਲੀ, ਉਹ ਵਿੱਚ ਮਿਕਸ ਕਰਕੇ DAP ਦੇ ਨਾਲ ਹੀ ਪੋਰਤੀ ਸੀਗੀ ਜੀ। ਦਾਣੇਦਾਰ ਜੀ ਹੁੰਦੀ ਹੈ? ਦਾਣੇਦਾਰ ਨਹੀਂ ਹੁੰਦੀ ਜੀ, ਉਹ ਮਿਰਚਾਂ ਜੀ ਵਾਂਗ ਹੁੰਦੀ ਹੈ ਜੀ, ਪਾਊਡਰ ਫੋਰਮ 'ਚ ਆਉਂਦੀ ਹੈ। ਨਹੀਂ ਫਿਰ ਉਹ DAP ਦੇ ਨਾਲ DAP ਉੱਪਰ ਨਹੀਂ ਸੀ ਆ ਜਾਂਦਾ, ਉਹ ਝੜ ਕੇ ਥੱਲੇ? ਨਹੀਂ, ਉਹ ਥੋੜ੍ਹਾ ਜਿਹਾ ਨਰਮਾਈ ਜੀ ਫੜ ਜਾਂਦੀ ਜੀ, ਨਾਲ ਲੱਗ ਕੇ ਚੱਲ ਜਾਂਦੀ ਹੈ ਜੀ। ਹਾਂਜੀ, ਚੱਲ ਜਾਂਦੀ ਹੈ ਮਸ਼ੀਨ ਦੇ ਵਿੱਚ। ਠੀਕ ਹੈ, ਜਾਣੀ ਤੁਸੀਂ ਥੋੜ੍ਹੇ ਰਕਬੇ 'ਚ ਕਰੀ, ਨਹੀਂ ਤਾਂ ਅਦਰਵਾਈਜ਼ ਉਹ ਜਾਮ ਹੋ ਸਕਦੇ ਨੇ ਉਹਦੀਆਂ। ਨਹੀਂ ਐਕਚੁਅਲੀ ਅਸੀਂ ਪਤਾ ਕੀ ਕਰਦੇ, ਅਸੀਂ ਨਾਲ ਥੋੜ੍ਹੀ ਥੋੜ੍ਹੀ ਰਲਾਈ ਜਾਂਦੇ ਹਾਂ, ਜਿਵੇਂ ਅੱਧਾ ਕੁ ਥੈਲਾ ਰਲਾ ਲਿਆ, ਫਿਰ ਪਾ ਲਿਆ, ਫਿਰ ਅੱਧਾ ਕੁ ਥੈਲਾ ਰਲਾ ਲਿਆ ਜੀ, ਫਿਰ ਇੱਦਾਂ ਚੱਲਦੇ ਹਾਂ। ਇਹ ਕਿੰਨੇ ਰਕਬੇ 'ਚ ਸੀ ਜਿਹੜੀ ਤੁਸੀਂ 32 ਕਿਲੋ ਬੀਜ ਬੀਜਿਆ? ਇਹ ਰਕਬਾ ਸੀਗਾ ਜੀ 8 ਕਨਾਲਾਂ 17 ਮਰਲੇ ਜੀ। ਹਾਂਜੀ, 8 ਕਨਾਲਾਂ 17 ਮਰਲੇ, ਮਤਲਬ 9 ਕਨਾਲਾਂ ਸਨ ਜਗ੍ਹਾ। ਹਾਂਜੀ ਹਾਂਜੀ। ਅਤੇ ਜਿਹੜੇ ਨਦੀਨ ਨੇ ਉਹ ਕਿੰਨੇ ਕੁ ਹੋਏ ਸਨ, ਅਤੇ ਪਹਿਲਾ ਪਾਣੀ ਤੁਸੀਂ ਕਿੰਨੇ ਦਿਨਾਂ ਬਾਅਦ ਲਾਇਆ? ਨਦੀਨ ਤਾਂ ਜੀ ਇਹਦੇ ਵਿੱਚ ਹੈ ਨਹੀਂ ਸੀਗਾ, ਕਿਉਂਕਿ ਇਹ ਜਿਹੜਾ ਖੇਤ ਸੀਗਾ ਇਹਦੇ ਵਿੱਚ ਆਪਾਂ ਪਹਿਲਾਂ ਪਿਛਲੀ ਵਾਰੀ ਕਣਕ ਨਹੀਂ ਸੀ, ਸਰੋਂ ਲਾਈ ਸੀਗੀ ਅਤੇ ਮੱਕੀ ਲਾਈ ਸੀਗੀ, ਫਿਰ ਜੀਰੀ ਲਾਈ, ਫਿਰ ਕਣਕ ਲਾਈ ਸੀਗੀ। ਅੱਛਾ, ਮਤਲਬ ਪਹਿਲਾਂ ਤੁਸੀਂ ਕਣਕ ਦੀ ਥਾਂ 'ਤੇ ਸਰੋਂ ਬੀਜੀ ਸੀ, ਫਿਰ ਉਸ ਤੋਂ ਬਾਅਦ ਸਰੋਂ ਵੱਢ ਕੇ ਤੁਸੀਂ ਮੱਕੀ ਬੀਜ ਲਈ, ਫਿਰ ਮੱਕੀ ਵੱਢ ਕੇ ਤੁਸੀਂ PR 126 ਵਰਾਇਟੀ ਕਰੀ? ਹਾਂਜੀ, PR 126 ਲਾਈ ਸੀ। ਫਿਰ PR 126 ਤੋਂ ਬਾਅਦ ਤੁਸੀਂ 8 ਨਵੰਬਰ ਨੂੰ DW 327 ਦੀ ਬਿਜਾਈ ਕੀਤੀ। ਹਾਂਜੀ ਜੀ। ਅਤੇ ਇਹਦੀਆਂ ਦਵਿੰਦਰ ਸਪਰੇਹਾਂ ਤੁਸੀਂ ਕਿੰਨੀਆਂ ਮਤਲਬ ਕਰੀਆਂ ਸਨ, ਕੀ ਪਾਇਆ ਉਹਦੇ ਵਿੱਚ, ਜਾਂ ਸਪਰੇਹਾਂ ਨਹੀਂ ਕਰੀਆਂ? ਜਦੋਂ ਆਪਾਂ 21 ਦਿਨ ਦੀ ਹੋ ਗਈ ਜੀ ਪਹਿਲਾਂ ਪਾਣੀ ਲਾਇਆ, ਜਦੋਂ 1 ਗੱਟਾ ਯੂਰੀਆ ਦਾ ਪਾਇਆ, ਅਤੇ ਉਹਦੇ ਬਾਅਦ ਜਦੋਂ ਫਿਰ ਬੱਤਰ ਆਈ ਜ਼ਮੀਨ ਦੁਬਾਰਾ, ਫਿਰ ਆਪਾਂ ਨੇ ਜੀ 1/2 ਕਿਲੋ ਕਲੀ ਭਿਉਈ ਅਣਬੁੱਝਿਆ ਚੂਨਾ ਜੀ, ਨਾਲ ਮੈਗਨੀਜ਼ ਠੀਕ ਹੈ 1 ਕਿਲੋ, ਅਤੇ ਨਾਲ ਜਿੰਕ 33% 700 ਗ੍ਰਾਮ, ਜੇ 21% ਮਿਲ ਜਾਵੇ ਤਾਂ 1 ਕਿਲੋ ਜੀ, ਅਤੇ ਨਾਲ 1.5 ਕਿਲੋ ਤੋਂ ਲੈ ਕੇ 2 ਕਿਲੋ ਯੂਰੀਆ। ਇਹ ਚਾਰੇ ਚੀਜ਼ਾਂ ਆਪਾਂ ਨੇ ਲਹਿਦਾ ਲਹਿਦਾ ਬਾਲਟੀਆਂ ਦੇ ਵਿੱਚ ਘੋਲ ਲੈਣੀਆਂ ਨੇ ਜੀ। ਠੀਕ ਹੈ, ਜਿਹੜੀ ਕਲੀ ਸੀ ਡਲਿਆਂ ਵਾਲੀ, ਹਾਂਜੀ ਹਾਂਜੀ, ਇਹ ਤੁਸੀਂ ਉਦੋਂ ਹੀ ਭਿਉਈ ਜਾਂ ਪਹਿਲਾਂ? ਨਹੀਂ, ਮੈਂ ਦੱਸਦਾ ਜੀ ਪ੍ਰੋਸੈਸ ਕਲੀ, ਜਿਵੇਂ ਹੁਣ ਆਪਾਂ 1/2 ਕਿਲੋ ਕਲੀ ਹੈ ਜੀ, ਉਹ ਕੀਲੇ ਮਗਰ ਭਿਉਂ ਲੈਣੀ ਹੈ ਰਾਤ ਨੂੰ, ਜਿਵੇਂ ਜ਼ਿਆਦਾ ਪਲਾਸਟਿਕ ਦਾ ਭਾਂਡਾ ਹੋਵੇ ਜਾਂ ਫਿਰ ਮਿੱਟੀ ਵਾਲਾ ਭਾਂਡਾ ਹੋਵੇ, ਜਿਵੇਂ ਆਪਾਂ 150 ਲੀਟਰ ਪਾਣੀ ਲਾਉਣਾ, 6 ਪੰਪ ਹੋ ਗਏ ਤਕਰੀਬਨ, ਆਪਾਂ 7 ਕੁ ਲੀਟਰ ਪਾਣੀ ਪਾ ਕੇ ਰੱਖ ਦੇਣਾ ਉਹ, ਜਦੋਂ ਨਿੱਤਰ ਗਿਆ ਉਹ ਫਿਰ ਦੂਸਰੇ ਦਿਨ ਉਹ ਆਪਾਂ 6 ਕੁ ਲੀਟਰ ਪਾਣੀ ਕੱਢ ਕੇ ਨਿੱਤਰਿਆ ਉਹ ਵੀ ਬਾਲਟੀ 'ਚ ਪਾ ਲੈਣਾ, ਅਤੇ ਉਹਦੇ ਬਾਅਦ ਫਿਰ ਮੈਗਨੀਜ਼ ਘੋਲ ਲੈਣਾ, ਅਤੇ ਉਹਦੇ ਨਾਲ ਫਿਰ 700 ਗ੍ਰਾਮ ਜਿੰਕ ਘੋਲ ਲੈਣੀ ਆ, 33%, ਨਾਲੇ ਯੂਰੀਆ ਘੋਲ ਲੈਣਾ, ਲੈਦਾ ਲੈਦਾ ਬਾਲਟੀਆਂ 'ਚ, ਬਸ ਉਹ ਚੱਕ ਚੱਕ ਡੱਬਾ ਡੱਬਾ ਵਿੱਚ ਪੰਪ ਦੇ ਪਾ ਦੇਣਾ, ਉਹ ਸਪਰੇਅ ਕਰਨੀ ਆ 2, ਉਹ ਆਪਾਂ 1 30 ਕੁ ਦਿਨ ਦੇ ਕਰ ਦਿੰਦੇ ਹਾਂ ਜੀ, ਦੂਜੀ 40 ਕੁ ਦਿਨ, ਅਤੇ 10 ਕੁ ਦਿਨ ਦੇ ਵਕਫੇ ਨਾਲ, ਮਤਲਬ ਪਹਿਲਾਂ ਪਾਣੀ ਲਾਉਣ ਤੋਂ ਹਫ਼ਤੇ ਕੁ ਬਾਅਦ ਜਦੋਂ ਪਾਣੀ ਪੈਰ ਖੜਾ? ਹਾਂਜੀ, ਉਹਦੇ ਨਾਲ ਕੀ ਹੁੰਦਾ, ਇਹਦਾ ਫਟਾਰਾ ਹੁੰਦਾ, ਕਣਕ ਦਾ ਫਟਾਰਾ ਬਹੁਤ ਹੁੰਦਾ ਜੀ,
ਬਾਕੀ ਜਿਹੜਾ ਆਪਾਂ ਨਾਲ ਜਾਂ ਪਹਿਲਾਂ ਪੋਟਾਸ਼ ਪਾ ਦਿੰਦੇ ਹਾਂ ਉਹ ਇਹਦੀ ਜੜ ਹੈ ਜਿਹੜੀ ਉਹ ਬਹੁਤ ਵਧੀਆ ਤਰੀਕੇ ਨਾਲ ਡੂੰਘਾਈ 'ਚ ਲੈ ਜਾਂਦਾ, ਹੋਰ ਤੱਤ ਜੜ ਖਿੱਚਦੀ ਆ ਧਰਤੀ 'ਚੋਂ ਜੀ। ਹਾਂਜੀ, ਅਤੇ ਪੋਟਾਸ਼ ਕਾਰਨ ਜੀ। ਹਾਂਜੀ, ਅਤੇ ਇਸ ਤੋਂ ਇਲਾਵਾ ਜਿਹੜੇ ਪਾਣੀ ਨੇ ਜਾਂ ਜਿਵੇਂ ਕਿਆਰੇ ਲਾਉਣ ਦਾ ਹੁੰਦਾ ਹੈ, ਕਹਿੰਦੇ ਜਿਹੜੇ ਕਿਸਾਨ ਨੇ ਪਹਿਲਾ ਪਾਣੀ ਅਤੇ ਆਖਰੀ ਪਾਣੀ ਕਣਕ ਦਾ ਧਿਆਨ ਨਾਲ ਲਾ ਲਿਆ, ਕਹਿੰਦੇ ਸਮਝ ਲਓ ਵੀ ਉਸਨੇ ਬਹੁਤ ਕੁਝ ਖੱਟ ਲਿਆ, ਅਤੇ ਜੇ ਦੋਨਾਂ 'ਚ ਗਲਤੀ ਹੋ ਜੇ ਤਾਂ ਕਹਿੰਦੇ ਵੱਡਾ ਨੁਕਸਾਨ ਹੁੰਦਾ। ਉਹਨੂੰ ਸਾਡੇ ਫਾਦਰ ਸਾਹਿਬ ਆ ਬੈਠੇ ਨੇ ਕਹਿੰਦੇ ਹੁੰਦੇ ਨੇ ਕਣਕ ਪਹਿਲੇ ਪਾਣੀ ਦੀ ਅਤੇ ਝੋਨਾ ਲਾਸਟ ਪਾਣੀ ਦਾ, ਵੀ ਜੇ ਕਣਕ ਨੂੰ ਪਹਿਲਾ ਪਾਣੀ ਵਧੀਆ ਆ ਗਿਆ ਪਤਲਾ ਲੱਗ ਗਿਆ ਤਾਂ ਕਣਕ ਕਾਮਯਾਬ ਹੈ, ਜੇ ਕਣਕ ਨੂੰ ਪਹਿਲਾ ਪਾਣੀ ਭਾਰਾ ਲੱਗ ਗਿਆ ਅਤੇ ਕਣਕ ਨੇ ਦੱਬ ਜਾਣਾ ਫਿਰ ਉਹਨੂੰ ਉਠਾਲਣ 'ਤੇ ਜਾਣੀ ਦੁਬਾਰਾ ਉਹਨੂੰ ਉਸ ਰੰਗਤ 'ਚ ਲਿਆਉਣ 'ਤੇ ਆਪਾਂ ਨੂੰ ਕੋਈ ਦੋ ਤਿੰਨ ਥੈਲੇ ਲੱਗ ਜਾਂਦੇ ਨੇ ਜੀ। ਅਤੇ ਫਿਰ ਅਸੀਂ ਕਣਕ ਦੇ ਜੀ 8 ਕਿਆਰੇ ਕਰਦੇ ਹਾਂ ਕਿੱਲੇ ਦੇ, ਜਾਣੀ ਲਮਸਮ ਕਨਾਲ ਦਾ, ਜਾਣੀ ਸਾਡੀ ਇਹ ਹੁੰਦੀ ਆ ਵੀ ਕਿਸੇ ਕਿਆਰੇ ਕਿਸੇ ਕਿੱਲੇ ਦਾ 6 ਵੀ ਕਰ ਲੈਂਦੇ ਹਾਂ ਮੋਟਰ ਦੇ ਪਾਣੀ ਦੇ ਅਕੋਰਡਿੰਗ, ਵੀ ਸਾਡਾ 25 ਕੁ ਮਿੰਟ 'ਚ ਕਿਆਰਾ ਭਰੇ ਜੀ, 25 ਤੋਂ 30 ਮਿੰਟ 'ਚ। ਜਦੋਂ ਪਹਿਲਾਂ ਕਿਆਰਾ ਭਰ ਗਿਆ ਫਿਰ ਅਸੀਂ ਉਹਦਾ ਪਾਣੀ ਕੱਢ ਕੱਢ ਦੂਜੇ ਕਿਆਰੇ 'ਚ ਪਤਲਾ ਪਤਲਾ ਪਾਣੀ ਲਾਉਂਦੇ ਹਾਂ ਜੀ ਅਸੀਂ। ਹਾਂਜੀ, ਜਾਣੀ ਲੋਕ ਹੁਣ ਦੇਖਿਆ ਮੈਂ ਭਰਾ ਨੇ, ਉਹ ਲੋਕ ਜ਼ਿਆਦਾ ਤੂੜੀ ਨੂੰ ਉਹ ਸੋਚਦੇ ਨੇ ਵੀ ਤੂੜੀ ਵੱਧ ਬਣੇ ਸਾਡੇ। ਹਾਂ, ਮੈਂ ਸੋਚਦਾ ਵੀ ਆਪਾਂ ਤੂੜੀ ਤਾਂ ਬਣੇ ਜਾਣੀ ਆ, ਤੂੜੀਆਂ ਮੇਰੇ ਵੀ ਦੋ ਟਰਾਲੀਆਂ ਬਣੀਆਂ ਨੇ ਕਿੱਲੇ 'ਚੋਂ, ਅਤੇ ਮੈਂ ਆਪਣੇ ਦਾਣਿਆਂ ਬਾਰੇ ਵੱਧ ਸੋਚਿਆ ਵੀ ਮੇਰੇ ਦਾਣੇ ਵੱਧ ਨਿਕਲਣ। ਹਾਂਜੀ, ਅੱਛਾ, ਤੁਸੀਂ ਜਦੋਂ ਇਹ ਬਿਜਾਈ ਕਰੀ DB-22327 ਦੀ, ਉਦੋਂ ਤੁਹਾਡੇ ਦਿਮਾਗ 'ਚ ਹੈਗਾ ਸੀ, ਆਪਾਂ ਬਾਪੂ ਜੀ ਨਾਲ ਗੱਲਬਾਤ ਕਰਦੇ, ਬਾਪੂ ਜੀ ਤੁਹਾਡੇ ਦਿਮਾਗ 'ਚ ਸੀ ਇਹ ਗੱਲ ਵੀ ਆਪਾਂ ਤਾਂ ਝਾੜ ਦਾ ਹੀ ਸਾਰਾ ਰਿਕਾਰਡ ਕਾਇਮ ਕਰਨਾ? ਨਹੀਂ, ਬਿਲਕੁਲ ਨਹੀਂ ਸੀ, ਇਹ ਗੱਲ ਤਾਂ ਹੈ ਹੀ ਨਹੀਂ ਤਾਂ ਦਿਮਾਗ 'ਚ ਵੀ ਝਾੜ ਅਸੀਂ ਰਿਕਾਰਡ ਕਰਨਾ। ਅਸੀਂ ਤਾਂ ਇਹ ਤਾਂ ਵੀ ਅਸੀਂ ਨਵਾਂ ਬੀਜ ਲੈਂਦਾ ਇਹਨੂੰ ਵਧੀਆ ਤਰੀਕੇ ਨਾਲ ਕਰਕੇ ਨਾ ਵਧੀਆ ਝਾੜ ਕੱਢ ਕੇ ਦੇਖੀਏ, ਜਿਵੇਂ ਪਹਿਲਾਂ ਆਪਾਂ 343 ਦੇ 28 ਕੁਇੰਟਲ ਥੀ ਕੱਢਿਆ, ਇਹਨੂੰ ਵੀ ਆਪਾਂ ਕੱਢੀਏ। ਬਸ ਆਹ ਤਾਂ ਸਾਡੇ ਦਿਮਾਗ 'ਚ ਸਬੱਬੀ ਹੈ। ਹਾਂ, ਸਬੱਬੀ ਹੋਇਆ, ਕੋਈ ਉਹ ਨਹੀਂ ਹੋਇਆ, ਜੇ ਅਸੀਂ ਆਪਣੀ ਮਿਹਨਤ ਕਰੀਏ ਜਿਹੜੇ ਹਿਸਾਬ ਨਾਲ ਇਹ ਦੱਸ ਰਹੇ ਨੇ, ਝਾੜ ਤਾਂ ਸਾਨੂੰ ਜਦ ਅਸੀਂ ਵੱਢਣ ਲੱਗਿਆ ਜਦ ਪਤਾ ਲੱਗਿਆ ਜੀ। ਅਤੇ ਇੱਕ ਦਵਿੰਦਰ ਸਿੰਘ, ਜਦੋਂ ਤੁਸੀਂ ਫਿਰ ਇਸ ਨੂੰ ਕੱਟ ਲਿਆ ਸੀ, ਹਾਂਜੀ, ਤੁਹਾਨੂੰ ਉੱਥੋਂ ਖੇਤ 'ਚੋਂ ਹੀ ਪਤਾ ਲੱਗਿਆ ਵੀ ਇਹਨੂੰ ਤੋੜ ਲੈਣਾ ਚਾਹੀਦਾ ਜਾਂ ਕੋਈ ਤੁਹਾਡੇ ਕੋਲ ਬੰਦੇ ਹੈਗੇ ਸਨ ਜੋ ਤੁਸੀਂ ਤੋੜ? ਮੈਂ ਪਿਛਲੀ ਇੱਕ ਗੱਲ ਹੋਰ ਵੀ ਦੱਸ ਦੇਵਾਂ ਜੀ, ਚਲੋ ਮੈਂ ਦੋ ਗੱਲਾਂ ਰਹਿ ਗਈਆਂ ਵਿੱਚ, ਕੋਈ ਇਹਦੇ ਉੱਤੇ ਮੈਂ ਪੈਸਟੀਸਾਈਡ ਨਹੀਂ ਕੀਤੀ, ਨਦੀਨ ਦਾਸ਼ਕ ਕੋਈ ਸਪਰੇਅ ਨਹੀਂ ਕੀਤੀ, ਕਿਉਂਕਿ ਨਦੀ ਦਾ ਹੈ ਨਹੀਂ ਸੀਗੇ, ਅਸੀਂ ਖੇਤ ਬਦਲਦੇ ਰਹਿੰਦੇ ਹਾਂ ਜੀ, ਕਦੇ ਸਰੋਂ ਲਾ ਲਏ ਕਦੇ ਆਲੂ ਲਾ ਲਏ, ਗੁੱਲੀ ਡੰਡਾ ਆਪਣੇ ਖੇਤਾਂ 'ਚ ਤਕਰੀਬਨ ਹੁੰਦਾ ਨਹੀਂ। ਅਤੇ ਉਹਦੇ ਬਾਅਦ ਫਿਰ ਜਦੋਂ ਨਾ ਇਹਦਾ ਝੰਡਾ ਪੱਤਾ ਨਿਕਲਿਆ, ਆਪਾਂ ਨੂੰ ਪਤਾ ਲੱਗ ਗਿਆ ਵੀ 10 ਦਿਨਾਂ ਨੂੰ ਬੱਲਾਂ ਨਿਕਲਣਗੀਆਂ ਬਾਹਰ, ਉਸ ਟਾਈਮ ਅਸੀਂ 13-045 ਦੇ 2 ਪੈਕਟ ਅਤੇ ਪਲੱਸ ਲਿਕੁਇਡ ਬੋਰਨ 70-80 ml ਉਹਦੀ ਸਪਰੇਅ ਅਸੀਂ ਜ਼ਰੂਰ ਕੀਤੀ ਆ, ਕੋਈ ਫੰਗੀਸਾਈਡ ਨਹੀਂ ਕੀਤੀ, ਕੋਈ ਤੇਲੇ ਵਾਲੀ ਨਹੀਂ ਕੀਤੀ। ਹੁਣ ਰਹੀ ਗੱਲ ਸਾਨੂੰ ਝਾੜ ਦਾ ਕਿੱਦਾਂ ਪਤਾ ਲੱਗਿਆ, ਜਦੋਂ ਹੁਣ ਹੁੰਦਾ ਹੀ ਸੀਗਾ ਥੋੜ੍ਹਾ ਜਿਹਾ ਦਿਮਾਗ 'ਚ ਆਉਂਦਾ ਸੀਗਾ ਕਮੈਨ ਵਾਲੇ ਨੂੰ, ਮੈਂ ਕਿਹਾ ਵੀ ਪਹਿਲਾਂ ਟੈਂਕ ਸਾਫ਼ ਕਰ ਲਾ ਥੋੜ੍ਹਾ ਜਿਹਾ, ਵੀ ਜਿਵੇਂ ਆਪਾਂ ਟੱਕ ਜਿਹਾ ਨਹੀਂ ਲਵਾ ਲੈਂਦੇ ਜੀ, ਥੋੜ੍ਹਾ ਜਿਹਾ ਲਵਾ ਕੇ ਸਾਡੇ ਛੋਟਾ ਟੈਂਪੂ ਜਿਹਾ ਸੀ ਉਹਦੇ ਵਿੱਚ ਕਢਾ ਲਿਆ ਮੈਂ ਕੁਇੰਟਲ 1.5 ਕੁਇੰਟਲ। ਉਹਦੇ ਬਾਅਦ ਉਹ ਜਦ ਅਸੀਂ ਗੇੜਾ ਦਿੱਤਾ ਜੀ ਖੇਤ ਦੇ ਉੱਪਰ ਨੂੰ, ਉਹ ਮੈਨੂੰ ਡਰਾਈਵਰ ਕਹਿੰਦਾ, ਮੈਂ ਉੱਪਰੇ ਸੀਗਾ ਮਸ਼ੀਨ ਦੇ, ਮੈਨੂੰ ਕਹਿੰਦਾ ਵੀਰੇ ਯਾਰ ਕਹਿੰਦਾ ਵੀ ਤੇਰੇ ਝੋਨੇ ਮਾਂਗ ਨਿਕਲ ਰਹੀ ਹੈ ਇਹ ਕਣਕ। ਮੈਂ ਯਾਰ ਹਾਂ ਵੀ ਟੈਂਕ ਤਾਂ ਭਰ ਵੀ ਗਿਆ ਗੇੜਾ, ਹੈ ਨਾ ਟੈਂਕ ਵੀ ਇੰਨੀ ਛੇਤੀ, ਮੈਂ ਮੈਨੂੰ ਵੀ ਲੱਗਦਾ, ਮੈਂ ਵੀ ਚੱਲ ਠੀਕ ਆ ਦੇਖਦੇ ਹਾਂ ਆਪਾਂ। ਅਸੀਂ ਜਦੋਂ ਟੈਂਕ ਇੱਕ ਪਾਇਆ, ਹੁਣ ਆਂਢੀ ਗੁਆਂਢੀ ਵੀ ਦੇਖ ਲੈਂਦੇ ਨੇ ਆਪਣੇ ਦੋਸਤ ਮਿੱਤਰ ਵੀ, ਯਾਰ ਟੈਂਕ ਬੜੀ ਛੇਤੀ ਭਰਿਆ। ਚਲੋ ਅਸੀਂ ਦੂਏ ਟਰਾਲੀ 'ਚ 2 ਟੈਂਕ ਹੋ ਗਏ ਜਾਂ ਸਾਡੇ ਉੱਪਰ ਤੋਂ ਉੱਪਰ ਤੱਕ ਭਰ ਕੇ ਪੈ ਗਏ, ਫਿਰ ਉਹ ਕਹਿੰਦੇ ਵੀ ਕੰਡਾ ਕਰਾਓ। ਮੈਨੂੰ ਵੀ ਹੋਣਾ ਹੀ ਸੀਗਾ ਮਨ 'ਚ, ਜਦੋਂ ਅਸੀਂ ਆ ਪਿੰਡ ਨਾਲ ਆ ਸਾਡੇ ਕੰਡਾ ਪਿੰਡ 'ਚ ਆ, ਅਸੀਂ ਕੰਡੇ 'ਤੇ ਲੈ ਗਏ, ਕੰਡੇ ਦੇ ਉੱਤੇ ਸਾਡੀ 36 ਕੁਇੰਟਲ 65 ਕਿਲੋ ਜੀ ਉੱਤਰੀ ਕੰਡੇ ਤੋਂ, ਬਾਕੀ 1.5 ਕੁਇੰਟਲ ਸਾਡੀ ਫਿਰ ਉਹਦੇ ਵਿੱਚ ਹੋ ਗਈ। ਹੁਣ ਤਾਂ ਹੀ ਮੈਂ ਜੀ ਫਿਰ ਮੈਂ ਪਰਚੀ ਇਹ ਮੇਰੇ ਮੈਂ ਫੋਲੋ ਕਰਦਾ ਸੀਗਾ ਬਰਾੜ ਸਾਹਿਬ ਨੇ, ਉਹਨਾਂ ਨੂੰ ਮੈਂ ਪਰਚੀ ਭੇਜੀ, ਮੈਂ ਸਾਰਾ ਇੰਨਾ ਮੈਂ ਖੁਸ਼ੀ ਹੋ ਗਈ, ਮੈਂ ਕਿਹਾ ਸਰ ਵੀ ਮੇਰਾ ਇੰਨਾ ਝਾੜ ਨਿਕਲਿਆ। ਉਹਨਾਂ ਨੇ ਮੈਂ ਆਪਣਾ ਪੇਜ 'ਤੇ ਪਾ ਤੀ ਵੀ ਫਲਾਣੇ ਕਿਸਾਨ ਦੀ ਇੰਨੀ ਆ ਨਿਕਲੀ ਹੈ ਜੀ ਝਾੜ, ਅਤੇ ਉੱਥੋਂ ਫਿਰ ਆਪਣਾ ਵਾਇਰਲ ਹੋਇਆ। ਬਾਅਦ ਵਿੱਚ ਕਈ ਬੰਦੇ ਮਿਸਗਾਈਡ ਇਹ ਗੱਲ ਨਾਲ ਹੋ ਗਏ ਵੀ ਖਨੀ 38 ਕੁਇੰਟਲ ਕਿੱਲੇ ਦਾ, ਪਰ ਨਹੀਂ, 38 ਕੁਇੰਟਲ ਇਹ 1 8 ਕਨਾਲਾਂ 17 ਮਰਲੇ ਦਾ ਕਿਹਾ ਸੀਗਾ। ਮੈਂ ਇਹਦੀ ਮਿਣਤੀ ਵੀ ਕਰੀ ਹੈ, ਮਿਣਤੀ ਕਰਕੇ ਵੀ ਪਾਈ ਆ, ਅਤੇ ਬਾਕੀ ਇਹੀ ਸੀਗਾ ਜੀ। ਹਾਂ, ਅਤੇ ਇੱਥੇ ਕੌਣ ਕੌਣ ਆਏ ਫਿਰ, ਕਿੰਨਾ ਕਿੰਨਾ ਨੇ ਤੁਹਾਡੇ ਘਰ ਦੀ ਇੱਥੇ ਯਾਤਰਾ ਕਿਹੜੀ ਕਰੀ ਹੈ, ਦਿੱਲੀ ਤੋਂ ਜਾਂ ਕਰਨਾਲ ਤੋਂ ਜਾਂ ਹੋਰ ਕਿਹੜੇ ਕਿਹੜੇ ਸੱਜਣ ਮਿੱਤਰ ਆਏ ਇੱਥੇ? ਇੱਥੇ ਜੀ ਆਪਣੇ ਕਰਨਾਲ ਯੂਨੀਵਰਸਿਟੀ ਤੋਂ ਸਾਇੰਟਿਸਟਾਂ ਦੀ ਟੀਮ ਜਿਨ੍ਹਾਂ ਨੇ ਬੀਜ ਦੀ ਖੋਜ ਕੀਤੀ ਆ, ਉੱਥੇ ਡਾਇਰੈਕਟਰ ਸਾਹਿਬ ਵੀ ਆਏ ਨੇ, ਅਤੇ ਬਾਕੀ ਅਮਿਤ ਸ਼ਰਮਾ ਸਾਹਿਬ ਨੇ ਉਹ ਵੀ ਆਏ ਨੇ, ਅਤੇ ਹੋਰ ਵੀ ਜਿਨ੍ਹਾਂ ਨੂੰ ਆਪਾਂ ਫੋਲੋ ਕਰਦੇ ਹਾਂ ਜਿਹੜੇ ਬੁੱਧੀਜੀਵੀ ਨੇ ਆਪਣੇ ਕਿਸਾਨੀ ਦੇ, ਮਿਰਖਿਆਈ ਸਾਹਿਬ ਕੁਲਦੀਪ ਸਿੰਘ ਸ਼ੇਰਗਿੱਲ, ਹਾਂ ਕੁਲਦੀਪ ਸਿੰਘ ਸ਼ੇਰਗਿੱਲ ਜੀ, ਉਹ ਵੀ ਉਰੇ ਪਹੁੰਚੇ ਨੇ ਆਪਣੇ ਘਰਾਂ ਜੀ। ਹਾਂਜੀ, ਜਿਹੜੇ ਕਿਸਾਨੀ ਨੂੰ ਇਹ ਪਰਚੀ ਉਹ ਹੈ ਜੀ। ਅਤੇ ਇਹ ਦੋਸਤੋ ਪਰਚੀ ਹੈ ਜਿਹੜੀ ਮੈਂ ਉਹ ਕਰੀ ਸੀ, ਅਸੀਂ ਆਪਣੇ ਕਿਸਾਨ ਵੀਰਾਂ ਨੂੰ ਦਿਖਾ ਦਿੰਦੇ ਹਾਂ। ਇਹ ਕੁੱਲ ਵਜਨ ਜਿਹੜਾ
36 ਕੁਇੰਟਲ 65 ਕਿਲੋ ਦਾ ਹੈ ਤੇ ਕੁਛ ਇਹਨਾਂ ਨੇ ਥੋੜੀ ਜਿਹੜੀ ਛੋਟੇ ਹਾਥੀ ਜੇ ਦੱਸ ਰਹੇ ਜਿਹੜੀ ਪਹਿਲਾਂ ਵਢਾਈ ਕਰਨ ਲੱਗਿਆ ਜਿਹੜੀ ਇਹਨਾਂ ਨੇ ਖੇਤ 'ਚ ਐਂਟਰ ਹੁੰਦੇ ਆ ਕੰਬਾਈਨ ਦੇ ਜਿਹੜੀ ਉਹ ਅਲੱਗ ਸੀ ਉਹਦੇ ਵਿੱਚ ਜੋੜ ਕੇ ਤਾਂ ਇਹਨਾਂ ਨੇ ਝਾੜ ਜਿਹੜਾ ਹੈ 35 ਕੁਇੰਟਲ ਲਗਭਗ ਪ੍ਰਾਪਤ ਕੀਤਾ ਆਪਣੇ ਖੇਤ ਦੇ ਵਿੱਚੋਂ। ਮਾਤਾ ਜੀ ਜਦੋਂ ਇਹ ਤੁਹਾਡੇ ਇਹਨਾਂ ਝਾੜ ਤਾਂ ਨਿਕਲ ਗਿਆ ਤਾਂ ਸੁਭਾਵਕ ਹੈ ਖੁਸ਼ੀ ਹੁੰਦੀ ਹੈ। ਜਦੋਂ ਇੱਥੇ ਜਿਵੇਂ ਵਿਗਿਆਨੀ ਆਏ ਨੇ ਤੁਹਾਡੇ ਘਰ ਤੱਕ, ਹੋਰ ਲੋਕ ਬੜੇ ਆਏ ਨੇ ਜਾਂ ਚੈਨਲ ਆ ਰਹੇ ਨੇ ਹੁਣ ਇੰਟਰਵਿਊ ਕਰਨ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ? ਖੁਸ਼ੀ ਤਾਂ ਹੁੰਦੀ ਹੋਈ ਹੈ, ਜਦ ਬੱਚਾ ਕੋਈ ਆਪਣੀ ਤਰੱਕੀ ਕਰੇ ਮਨ ਬਹੁਤ ਖੁਸ਼ ਹੋਇਆ, ਜਾਂ ਤੁਸੀਂ ਆਉਂਦੇ ਹੋ ਮਨ ਬਹੁਤ ਖੁਸ਼ ਹੁੰਦਾ ਜੀ। ਅਤੇ ਇੱਕ ਤੁਸੀਂ ਗੱਲ ਕਰੀ ਸੀ ਵਿੱਚ ਫਕੀਰ ਦੀ ਜਾਂ ਕੁਛ ਛੱਟੇ ਵਾਲਾ, ਉਹ ਸਾਨੂੰ ਅਖਾਣ ਜਾਂ ਦੁਬਾਰੇ ਸੁਣਾਇਓ। ਹਾਂਜੀ, ਸਾਡੇ ਦਾਦਾ ਜੀ ਕਹਿੰਦੇ ਹੁੰਦੇ ਸੀਗੇ ਜੀ ਉਹ ਗੱਲ, ਉਹ ਕਹਿੰਦੇ ਹੁੰਦੇ ਜੀ ਪੋਰ ਬਾਦਸ਼ਾਹ ਵੀ ਕੇਰ ਵਜ਼ੀਰ ਵੀ ਜਿਹੜੀ ਕੇਰ ਦਿੰਦੇ ਨਾ ਹੱਥ ਨਾਲ, ਅਤੇ ਛਿੱਟਾ ਵੀ ਇਹ ਫਕੀਰ ਜਿਹੜਾ ਛਿੱਟਾ ਦੇਣੇ, ਵੀ ਜਿਹੜਾ ਪੋਰ ਹੈ ਉਹ ਤਾਂ ਜਿਹੜੀ ਪੋਰੀ ਗਈ ਕਣਕ ਉਹ ਤਾਂ ਬਾਦਸ਼ਾਹ ਹੀ ਹੁੰਦਾ ਹੈ, ਕਣਕ ਹੋਈ ਸਰੋਂ ਹੋਈ ਉਹਨੇ ਹੋਣਾ ਹੀ ਹੋਣਾ ਚੰਗਾ। ਜਿਹੜੀ ਕੇਰ ਹੈ ਉਹ ਵਜ਼ੀਰ ਹੋ ਜਾਂਦੀ ਹੈ ਵੀ ਥੋੜ੍ਹਾ ਘੱਟ ਜਾਂਦੀ ਹੈ, ਵੀ ਜਿਹੜੀ ਛਿੱਟਾ ਹੈ ਉਹ ਤਾਂ ਫਕੀਰ ਹੈ, ਹੋ ਗਈ ਨਾ ਹੋ ਗਈ। ਇਹ ਸਾਡੀ ਜਿਹੜੀ ਕਹਾਵਤ ਸੀ। ਇੱਕ ਦਵਿੰਦਰ ਚੱਲਦੇ ਚੱਲਦੇ ਇਹ ਦੱਸੋ, ਜਿਹੜਾ ਬੀਜ ਸੀ ਉਸ ਨੂੰ ਸੋਧਿਆ ਵੀ ਸੀ ਕਿਸੇ ਦਵਾਈ ਨਾਲ ਜਾਂ 32 ਕਿਲੋ ਸਿੱਧੀ ਬੀਜਤਾ ਇਹ? ਨਹੀਂ ਜੀ, ਉਹ ਆਪਾਂ ਜਿਹੜੀ ਰੈਕਸਲ ਦਵਾਈ ਆਉਂਦੀ ਆ, ਰੈਕਸਲ ਲਾਲ ਜੀ, ਉਹ ਲਾਈ ਸੀਗੀ ਜੀ। ਆਮ ਬੀਜ ਅਸੀਂ ਉਹ ਲਾ ਕੇ ਬੀਜਦੇ ਹਾਂ ਜੀ। ਯੂਰੀਆ ਕਿੰਨਾ ਪਾਇਆ ਤੁਸੀਂ? ਯੂਰੀਆ 3 ਗੱਟੇ ਪਾਏ ਨੇ ਜੀ। ਅਤੇ ਆਖਰੀ ਰੇ ਜਿਹੜਾ ਉਹ ਕਿੰਨੇ ਦਿਨਾਂ ਦੀ ਕਣਕ 'ਤੇ ਪਾਤਾ ਸੀ? ਰੇ ਤਾਂ ਅਸੀਂ 55 ਕੁ ਦਿਨ ਤੋਂ ਪਹਿਲਾਂ ਹੀ ਪੂਰੇ ਕਰਤੇ ਸੀਗੇ ਜੀ ਮੈਂ ਜੀ। ਹਾਂ ਜੀ ਜੀ। ਸੋ ਦੋਸਤੋ, ਇਹ ਸਨ ਕਿਸਾਨ ਦਵਿੰਦਰ ਸਿੰਘ ਚਨਾਰਥਲ ਖੁਰਦ, ਜਿਨ੍ਹਾਂ ਨੇ ਰਿਕਾਰਡ ਕਾਇਮ ਕੀਤਾ ਵਧੇਰੇ ਕਣਕ ਦੇ ਝਾੜ ਦਾ। ਤੁਹਾਡਾ ਕੋਈ ਸਵਾਲ ਹੋਵੇ ਜਾਂ ਤੁਸੀਂ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ, ਇੱਥੇ ਵੀ ਆ ਸਕਦੇ ਹੋ, ਜਾਂ ਤੁਹਾਡਾ ਕੋਈ ਸਵਾਲ ਹੋਵੇ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਲਿਖਿਓ। ਤੁਹਾਡੇ ਖੇਤਾਂ ਦੇ ਵਿੱਚ ਕਿੰਨਾ ਝਾੜ ਆਇਆ, ਕਿਸ ਤਰ੍ਹਾਂ ਦਾ ਤੁਹਾਡੇ ਖੇਤਾਂ ਦਾ ਪਾਣੀ ਹੈ, ਮਿੱਟੀ ਦੀ ਤਸੀਰ ਕਿਸ ਤਰ੍ਹਾਂ ਦੀ, ਕੀ ਤੁਸੀਂ ਮਿੱਟੀ ਪਾਣੀ ਟੈਸਟ ਵੀ ਕਰਵਾਉਂਦੇ ਹੋ, ਕੀ ਤੁਸੀਂ ਜਿਹੜੇ ਖੇਤੀ ਮਾਹਰ ਨੇ ਜਾਂ ਜਿਹੜੇ ਕਾਮਯਾਬ ਕਿਸਾਨ ਨੇ ਉਹਨਾਂ ਨਾਲ ਗੱਲਾਂ ਬਾਤਾਂ ਆਪਣੇ ਵਿਚਾਰ ਸਾਂਝੇ ਕਰਦੇ ਹੋ, ਜਾਂ ਤੁਹਾਨੂੰ ਕਦੀ ਕੋਈ ਸਰਕਾਰੀ ਜੇਕਰ ਸਰਕਾਰੀ ਅਧਿਕਾਰੀ ਨੂੰ ਪੁੱਛਦੇ ਹੋ ਤਾਂ ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਤੁਹਾਡਾ, ਤੁਹਾਨੂੰ ਕੋਈ ਮਦਦ ਕੀਤੀ ਜਾਂਦੀ ਹੈ, ਜਾਂ ਸਿਰਫ ਉਹ ਦਫ਼ਤਰਾਂ ਤੱਕ ਬੈਠਣ ਤੱਕ ਹੀ ਸੀਮਤ ਨੇ, ਤੁਹਾਡੀ ਕੋਈ ਮਦਦ ਕਰਨ ਆਉਂਦਾ, ਜਾਂ ਕਿਸਾਨੀ ਸੰਬੰਧੀ ਤੁਹਾਡਾ ਕੋਈ ਹੋਰ ਸਵਾਲ ਹੋਵੇ, ਤੁਸੀਂ ਕਮੈਂਟਾਂ 'ਚ ਆਪਣੀ ਰਾਏ ਜਾਂ ਆਪਣਾ ਵਿਚਾਰ ਉਹ ਜ਼ਰੂਰ ਲਿਖਿਓ। ਕੈਮਰਾਮੈਨ ਸੋਨੂ ਵਿਰਕ ਨਾਲ ਮੈਂ ਸਾਹਿਬ ਸਿੰਘ ਵਿਰਕ ਨਾਭਾ, ਧੰਨਵਾਦ।